ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਜਸਪ੍ਰੀਤ ਕੌਰ ਐਲੀਗੈਂਟ ਬੁਟੀਕ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ, ਜਿਸ ਵਿੱਚ ਕਿ ਆਪਾਂ ਸ਼ਰਟ ਦੀ ਮੇਜ਼ਰਮੈਂਟ ਕਿਵੇਂ ਲੈਣੀ ਆ ਉਸ ਬਾਰੇ ਦੱਸਾਂਗੇ, ਸਲਵਾਰ ਦੀ ਵੀ ਨਾਲ ਹੀ ਦੱਸਾਂਗੇ। ਸੋ ਜਿਵੇਂ ਕਿ ਸੂਟ ਆਪਣੇ ਕੋਲ ਰੈਡੀ ਹੋਇਆ, ਕਿਸੇ ਦਾ ਨਾਪ ਲਈ ਆਉਂਦਾ, ਸੋ ਉਹ ਆਪਾਂ ਨੇ ਕਿਵੇਂ ਮੇਜ਼ਰਮੈਂਟ ਉਹਦੀ ਲੈਣੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਨੈਕਸਟ ਵੀਡੀਓ ਆਪਾਂ ਲੈ ਕੇ ਆਵਾਂਗੇ ਕਿ ਆਪਾਂ ਬਾਡੀ ਦਾ ਮੇਜ਼ਰਮੈਂਟ ਕਿਵੇਂ ਲੈਣਾ। ਸੋ ਆਪਾਂ ਦੋਨੋਂ ਵੀਡੀਓਜ਼ ਨੂੰ ਕਵਰ ਕਰਾਂਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੰਪਲ ਸ਼ਰਟ ਤੇ ਨਾਲ ਆਪਾਂ ਸਲਵਾਰ ਦੋਨਾਂ ਦੀ ਆਪਾਂ ਮੇਜ਼ਰਮੈਂਟ ਲੈਣੀ ਸਿਖਾਵਾਂਗੇ ਜੀ। ਚਲੋ ਆਪਾਂ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਸ਼ਰਟ, ਜਿਹੜੀ ਕਿ ਇਹ ਵਾਲੀ ਸ਼ਰਟ ਆਪਣੇ ਕੋਲ ਇਹ ਸਿੰਪਲ ਸ਼ਰਟ ਆਈ ਆ ਜਿਹੜੀ ਕਿ ਆਪਾਂ ਮੇਜ਼ਰਮੈਂਟ ਲੈਣੀ ਹੈ ਜੀ, ਦੇਖ ਸਕਦੇ ਹੋ। ਤੇ ਆਪਾਂ ਅੱਜ ਇਹ ਸੂਟ ਦੀ ਮੇਜ਼ਰਮੈਂਟ ਤੁਹਾਨੂੰ ਲੈ ਕੇ ਵਿਖਾਵਾਂਗੇ, ਜਿਹਦੇ ਵਿੱਚ ਕਿ ਆਪਾਂ ਨੂੰ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਕਿਸ ਕਿਸ ਗੱਲਾਂ ਬਾਰੇ ਆਪਾਂ ਨੂੰ ਨੌਲੇਜ ਨਹੀਂ, ਸੋ ਆਪਾਂ ਉਹ ਸਾਰੀ ਨੌਲੇਜ ਗੇਨ ਕਰਨੀ ਆ। ਸੋ ਲੈਟਸ ਸਟਾਰਟ। ਓਕੇ ਜੀ, ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਸ਼ਰਟ ਨੂੰ ਐਵੇਂ ਵਿਛਾ ਲੈਣਾ ਗਾ, ਜਿਹਦੇ ਵਿੱਚ ਕਿ ਆਪਾਂ ਨੇ ਹੁਣ ਇਹਦੀ ਸਭ ਤੋਂ ਪਹਿਲਾਂ ਜੋ ਚੈੱਕ ਕਰਨੀ ਆ ਉਹ ਆਪਾਂ ਨੇ ਲੈਂਥ ਚੈੱਕ ਕਰਨੀ ਆ। ਸੋ ਇਹ ਦੇਖ ਸਕਦੇ ਹੋ ਲੈਂਥ ਇਹਦੀ ਹੈ 39, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਨੇ ਲੈਂਥ ਇੱਥੋਂ ਦੇਖ ਸਕਦੇ ਹੋ, ਆਪਾਂ ਨੇ ਸ਼ੋਲਡਰ ਦੀ ਜੋ ਸਿਲਾਈ ਆ ਹੁਣ ਪ੍ਰੋਪਰ ਦੇਖ ਕੇ ਐਵੇਂ ਨਾਲ ਮਿਲਾ ਕੇ ਅਤੇ ਐਵੇਂ ਇੰਚ ਟੇਪ ਨੂੰ ਰੱਖ ਕੇ, ਸੋ ਐਵੇਂ ਦੇਖ ਕੇ ਫਿਰ ਪ੍ਰੋਪਰ ਨਾਪ ਸਹੀ ਲੈਣਾ ਬਿਲਕੁਲ। ਆ ਦੇਖੋ 39 ਇਹਦੀ ਲੈਂਥ ਹੈ ਜੀ। ਸੋ ਇਸ ਤੋਂ ਬਾਅਦ ਆਪਾਂ ਨੇ ਲੈਣੀ ਹੈ ਇਸ ਦੀ ਚੈਸਟ, ਠੀਕ ਹੈ। ਚੈਸਟ ਵਾਸਤੇ ਕਿਸੇ ਦਾ ਵੀ ਆਪਣੇ ਕੋਲ ਸੂਟ ਆਉਂਦਾ ਤਾਂ ਸਭ ਤੋਂ ਪਹਿਲਾਂ ਉਹਨੂੰ ਪ੍ਰੈਸ ਕਰ ਲਓ ਕਿ ਵਲ ਵਿੱਚ ਕੋਈ ਨਾ ਹੋਵੇ, ਕਿ ਆਪਣਾ ਸਹੀ ਤਰੀਕੇ ਨਾਲ ਆਪਾਂ ਨਾਪ ਲੈ ਸਕੀਏ। ਸੋ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਚੈਸਟ ਲੈ ਰਹੇ ਹਾਂ, ਚੈਸਟ ਦੇ ਵਿੱਚ 18.5 ਚੈਸਟ ਹੈ ਆਪਣੀ, 18.5, ਠੀਕ ਹੈ ਜੀ। ਫਿਰ ਇਸ ਤੋਂ ਬਾਅਦ ਆਪਾਂ ਵੇਸਟ ਲਵਾਂਗੇ, ਜਿਹੜੀ ਕਿ ਆਪਣੀ ਸਾਈਡ ਵਾਲੀ ਜਿਹੜੀ ਪਲੋਈ ਹੁੰਦੀ ਆ ਪਲੀਟ, ਸੋ ਉਹਦੇ ਵਿੱਚ ਕੋਲੋਂ ਲਵਾਂਗੇ। ਆ ਦੇਖੋ, ਸੋ 16.5 ਆਪਣੀ ਵੇਸਟ ਐਂਡ ਹਿੱਪ, ਸੋ ਹਿੱਪ ਨੂੰ ਦੇਖ ਸਕਦੇ, ਹਿੱਪ ਨੂੰ ਹਿੱਪ ਮਿਲਾਇਓ ਐਵੇਂ, ਅਤੇ ਉਹ ਵਾਲੀ ਆਪਣੀ ਹੈਗੀ ਹੈ 20, ਠੀਕ ਹੈ ਜੀ। ਇੱਥੋਂ ਤੱਕ ਦਾ ਨਾਪ ਲੈ ਕੇ ਇਸ ਤੋਂ ਅੱਗੇ ਆਪਾਂ ਨੇ ਜੋ ਨਾਪ ਲੈਣਾ, ਸੋ ਆਪਾਂ ਨੇ ਦੇਖਣੀ ਆ ਸਾਈਡ ਸੀਨ। ਸੋ ਸਾਈਡ ਸੀਨ ਦੇਖ ਸਕਦੇ ਹੋ ਇਹਦੀ 13 ਦੇ ਉੱਪਰ ਰੈਡੀ ਆ, ਸੋਰੀ। ਅਤੇ ਇਸ ਤੋਂ ਬਾਅਦ ਆਪਾਂ ਨੇ ਨੈੱਕ ਦਾ ਜੋ ਆਪਾਂ ਨੈੱਕ ਦੀ ਆਪਾਂ ਨੇ ਮੇਜ਼ਰਮੈਂਟ ਕਰਨੀ ਆ, ਸੋ ਕਦੇ ਵੀ ਇਸ ਤਰੀਕੇ ਨਾਲ ਨੈੱਕ ਨੂੰ ਕਦੇ ਨਹੀਂ ਨਾਪਣਾ। ਸੋ ਨੈੱਕ ਨੂੰ ਹਮੇਸ਼ਾ ਇਸ ਤਰੀਕੇ ਨਾਲ ਨਾਪਣਾ ਜੀ, ਦੇਖ ਸਕਦੇ ਹੋ ਆਪਾਂ ਨੇ ਕਿਵੇਂ ਇੰਚ ਟੇਪ ਰੱਖਿਆ, ਸੋ ਉਵੇਂ ਰੱਖਣਾ। ਆ ਦੇਖੋ, ਸੋ 6.5 ਜੋ ਫਰੰਟ ਨੈੱਕ ਹੈ ਜੀ, ਠੀਕ ਹੈ, ਆਪਾਂ ਨੇ 6.5 ਰੈਡੀ ਕਰਨਾ। ਸੋ ਇੱਥੋਂ ਹੀ ਆਪਾਂ ਰੱਖ ਕੇ ਬੈਕ ਨੈੱਕ ਲਵਾਂਗੇ। ਸੋ ਬੈਕ ਨੈੱਕ ਦੇਖ ਸਕਦੇ ਹੋ ਤਾਂ 1 ਇੰਚ ਛੋਟਾ ਹੈ, 5.5 ਬੈਕ ਨੈੱਕ ਹੈ, ਠੀਕ ਹੈ। ਅਤੇ ਨਾਲ ਹੀ ਆਪਾਂ ਉਹਦੀ ਬਰੋਡ ਜਿੰਨਾ ਹੈ ਉਹ ਚੈੱਕ ਕਰਾਂਗੇ, 6 ਇੰਚ ਬਰੋਡ ਹੈ। ਸੋ ਇਹਨੂੰ ਪਹਿਲਾਂ ਸੂਟ ਨੂੰ ਪ੍ਰੋਪਰਲੀ ਪ੍ਰੈਸ ਕਰ ਲੈਣਾ, ਜੋ ਕਿ ਤੁਹਾਨੂੰ ਨਾਪ ਲੈਣ 'ਚ ਤੁਹਾਡੀ ਸਹਾਇਤਾ ਕਰੂਗਾ, ਵੀ ਆਪਾਂ ਸਹੀ ਤਰੀਕੇ ਨਾਲ ਨਾਪ ਲੈ ਸਕਦੇ ਹਾਂ, ਠੀਕ ਹੈ ਜੀ। ਅਤੇ ਆ ਦੇਖੋ, ਬਰੋਡ ਦੇ ਵਿੱਚ ਆਪਾਂ ਨੇ ਪ੍ਰੋਪਰ ਗਲੇ ਨੂੰ ਇਹ ਦੇਖ ਲੈਣਾ ਐਵੇਂ ਰੱਖ ਕੇ ਵੀ ਕਿੰਨਾ, ਠੀਕ ਹੈ। ਸੋ ਦੇਖ ਸਕਦੇ ਹੋ 5.5 ਹੈ, ਜਦਕਿ ਪਹਿਲਾਂ 6 ਸੀ ਕਿਉਂਕਿ ਆਪਣੇ ਸਹੀ ਨਹੀਂ ਸੀ ਰੱਖਿਆ। ਦੇਖੋ, ਸੋ 5.5 ਆਪਣੇ ਕੋਲ ਬਰੋਡ ਦੇ ਵਿੱਚ ਹੈ, ਠੀਕ ਹੈ, ਔਰ ਇੱਧਰ ਨੂੰ ਆਪਣੇ ਕੋਲ 6.5 ਜੋ ਨੈੱਕ ਲੈਂਥ ਦੇ ਵਿੱਚ ਹੈ, ਠੀਕ ਹੈ ਜੀ। ਇਹ ਵਾਲਾ ਹੋ ਗਿਆ ਨਾਪ, ਅਤੇ ਨਾਲ ਹੀ ਆਪਾਂ ਪਲੀਟ ਦਾ ਲੈਣਾ। ਸੋ ਪਲੀਟ ਇਹਨਾਂ ਦੇ 10.5 ਦੇ ਨੇ, ਸੋ ਇਸ ਤਰੀਕੇ ਨਾਲ ਨਾਪ ਲੈਣਾ। ਇਸ ਤੋਂ ਬਾਅਦ ਆਪਾਂ ਨੇ ਨਾਪ ਲੈਣਾ ਬਾਜੂ ਦਾ, ਬਾਜੂ ਨੂੰ ਦੇਖ ਸਕਦੇ ਹੋ, ਅਤੇ ਬਾਜੂ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ, ਠੀਕ ਹੈ, ਔਰ ਸ਼ੋਲਡਰ ਦੇ ਕੋਲੋਂ ਇੱਥੋਂ ਨਾਪ ਲੈਣਾ। ਸੋ ਦੇਖ ਸਕਦੇ ਹੋ 15 ਇੰਚ ਦੀ ਆਪਣੇ ਕੋਲ ਬਾਜੂ ਹੈ, ਅਤੇ ਨਾਲ ਹੀ ਆਪਣੇ ਕੋਲ ਜੋ ਬਾਜੂ ਦੀ ਮੂਹਰੀ ਹੈ, ਸੋ ਉਹ ਆਪਣੇ ਕੋਲ 5 ਇੰਚ ਦੀ ਉਹ ਰੈਡੀ ਹੈ ਜੀ। ਅਤੇ ਨਾਲ ਹੀ ਆਪਾਂ ਲਵਾਂਗੇ ਹੁਣ ਆਰਮ ਹੋਲ ਦੇਖ ਸੋ, ਅਤੇ ਆਪਾਂ ਨੂੰ ਇੰਚ ਟੇਪ ਨੂੰ ਇਸ ਤਰ੍ਹਾਂ ਨਾਪਾਂਗੇ ਕਿ 9 ਇੰਚ ਦਾ ਆਪਣੇ ਕੋਲ ਆਰਮ ਹੋਲ ਰੈਡੀ ਹੈ ਜੀ, ਠੀਕ ਹੈ। ਸੋ ਇਹ ਹੋਇਆ ਆਪਣਾ ਸ਼ਰਟ ਦੀ ਮੇਜ਼ਰਮੈਂਟ, ਠੀਕ ਹੈ ਜੀ। ਸੋ ਸ਼ਰਟ ਦੀ ਮੇਜ਼ਰਮੈਂਟ ਹਮੇਸ਼ਾ ਐਵੇਂ ਲੈਣੀ ਆ। ਸੋ ਹੁਣ ਆਪਾਂ ਲੈਂਦੇ ਹਾਂ ਸਲਵਾਰ ਦੀ ਮੇਜ਼ਰਮੈਂਟ, ਠੀਕ ਹੈ ਜੀ। ਸੋ ਇਹ ਸੂਟ ਆਪਣੇ ਕੋਲ ਸਟਿਚਿੰਗ ਲਈ ਆਇਆ ਸੀ,
ਤੇ ਮੈਂ ਸੋਚਿਆ ਵੀ ਇਸ ਤੇ ਆਪਾਂ ਵੀਡੀਓ ਬਣਾਉਂਦੇ ਆ ਜਿਹਦੇ ਵਿੱਚ ਕਿ ਆਪਾਂ ਸਾਰਿਆਂ ਨੂੰ ਮੇਜ਼ਰਮੈਂਟ ਲੈਣਾ ਸਿਖਾਉਂਦੇ ਆ ਤੇ ਇਸ ਵਿੱਚ ਦੇਖ ਸਕਦੇ ਹੋ ਆਪਾਂ ਲੈਂਥ ਸਲਵਾਰ ਦੀ ਐਵੇਂ ਪਕੜਨੀ ਆ ਜਿਹੜਾ ਕਿ ਆਪਣਾ ਸੈਂਟਰ ਬਲ ਹੈ ਤੇ ਇੱਥੋਂ ਪਕੜ ਲੈਣੀ ਹੈ ਠੀਕ ਹੈ ਜੀ ਆ ਦੇਖੋ ਔਰ ਫਿਰ ਆਪਾਂ ਨੇ ਮੇਜ਼ਰਮੈਂਟ ਟੇਪ ਦੇ ਨਾਲ ਤੇ ਇੱਥੋਂ ਤੋਂ ਨਾਪ ਲੈਣਾ ਹੈ ਸੋ ਲੈਂਥ ਤੱਕ 34 ਜੀ ਠੀਕ ਹੈ 34 ਆਪਣੇ ਕੋਲੇ ਜੋ ਸਲਵਾਰ ਰੈਡੀ ਹੈ ਠੀਕ ਹੈ ਇੱਥੋਂ ਨਾਪ ਇਹਦੇ ਵਿੱਚ ਜੋ ਬੈਲਟ ਦਾ ਕੱਪੜਾ ਲਿਆ ਗਿਆ ਉਹ 5 ਇੰਚ ਹਾਂ ਬੈਲਟ ਆਪਾਂ ਜਿੰਨੀ ਛੋਟੀ ਲਵਾਂਗੇ ਉਨੀ ਹੀ ਜ਼ਿਆਦਾ ਆਪਣੇ ਲਈ ਬੈਸਟ ਰਹੂਗੀ ਠੀਕ ਹੈ ਜੀ ਤੇ ਬੈਲਟ ਕੋਸ਼ਿਸ਼ ਕਰਨੀ ਹੈ ਵੀ ਆਪਾਂ 4 ਜਾਂ 3.5 ਦੀ ਪਾਈਏ ਕਿਉਂਕਿ ਜਿੰਨੀ ਬੈਲਟ ਜ਼ਿਆਦਾ ਵੱਡੀ ਹੋਏਗੀ ਸਲਵਾਰ ਉਨੀ ਜ਼ਿਆਦਾ ਥੋੜ੍ਹੀ ਅਜੀਬ ਲੱਗਦੀ ਮਤਲਬ ਆਪਾਂ ਨੂੰ ਬੈਲਟ ਵੱਧ ਤੋਂ ਵੱਧ ਛੋਟੀ ਰੱਖਣੀ ਚਾਹੀਦੀ ਹੈ ਠੀਕ ਹੈ ਜੀ ਤੇ ਨਾਲ ਹੀ ਆਪਾਂ ਹੁਣ ਲੈਂਦੇ ਹਾਂ ਮੂਰੀ ਦੀ ਲੈਂਥ ਸੋ ਮੂਰੀ ਆਪਣੀ ਹੈਗੀ ਹੈ ਜੀ 5.25 ਸੋ ਮੈਂ ਸ਼ੁੱਧ ਪੰਜਾਬੀ 'ਚ ਹਾਂ ਸੋ ਆਪਣੀ 5.25 ਦੇ ਵਿੱਚ ਠੀਕ ਹੈ ਮੂਰੀ ਰੈਡੀ ਹੈ ਜੀ ਔਰ ਹਾਂ ਜਦੋਂ ਆਪਣੇ ਕੋਲ ਮੇਜ਼ਰਮੈਂਟ ਲਈ ਮਤਲਬ ਆਪਣੇ ਕੋਲ ਸੂਟ ਆਉਂਦਾ ਜਦੋਂ ਅਗਲਾ ਬੋਡੀ ਦਾ ਨਾਪ ਨਹੀਂ ਲੈਂਦਾ ਸੋ ਸੂਟ ਕਹਿਣ ਦੇ ਵੀ ਸਾਡੇ ਕੋਲ ਠੀਕ ਹੈ ਸੋ ਆਪਾਂ ਇਹ ਵੀ ਨਾਪਣਾ ਜੋ ਜਿੰਨੀ ਉਹਨਾਂ ਦੀ ਆਪਣੀ ਬਣੀ ਹੋਈ ਆ ਮੂਰੀ ਸੋ ਆਪਾਂ ਉਸ ਅਕੋਰਡਿੰਗ ਠੀਕ ਹੈ ਇਹ ਆਪਾਂ ਜਿੰਨੀ ਵੀ ਕਰ ਸਕਦੇ ਹਾਂ 2, 1, 2.5, 3, 5, 7 ਜੋ ਵੀ ਐਨੀਥਿੰਗ ਠੀਕ ਹੈ ਜੀ ਹੁਣ ਆਪਾਂ ਲਵਾਂਗੇ ਬੈਲਟ ਦਾ ਨਾਪ ਸੋ ਬੈਲਟ ਨੂੰ ਵੈਸੇ ਜਦੋਂ ਆਪਾਂ ਨੇ ਸ਼ਰਟ ਦਾ ਨਾਪ ਲੈ ਲਿਆ ਸੋ ਬੈਲਟ ਦਾ ਨਾਪ ਦੇ ਵਿੱਚ ਜਿੰਨੀ ਆਪਣੀ ਹਿੱਪ ਹੈ ਸੋ ਬੈਲਟ ਉਸ ਤੋਂ 2 ਜਾਂ 3 ਇੰਚ ਆਪਾਂ ਜ਼ਿਆਦਾ ਲੈ ਲੈਂਦੇ ਹਾਂ ਤਾਂ ਕਿ ਇਹ ਪ੍ਰੋਪਰ ਸਹੀ ਬਣਦੀ ਹੈ ਠੀਕ ਹੈ ਸੋ ਇਹਦੇ ਵਿੱਚ ਆਪਾਂ ਦੇਖਦੇ ਇਹਨਾਂ ਨੇ ਕਿੰਨੀ ਬਣਾਈ ਹੋਈ ਹੈ ਸੋ ਆਪਣੇ ਕੋਲ ਹਿੱਪ ਉੱਧਰ 20 ਰੈਡੀ ਸੀ ਸੋ ਇਹ 21.5 ਆ ਸੋ ਆਪਾਂ ਨੂੰ ਕੋਸ਼ਿਸ਼ ਕਰਨੀ ਆ ਵੀ 22 ਤਾਂ ਬਣਾਉਣੀ ਚਾਹੀਦੀ 2 ਇੰਚ ਜ਼ਿਆਦਾ ਤਾਂ ਹੋਣੀ ਹੀ ਚਾਹੀਦੀ ਆ ਤਾਂ ਕਿ ਆਪਣੀ ਸਲਵਾਰ ਦੀ ਮਤਲਬ ਇਹ ਹਿੱਪ ਕੋਲੋਂ ਫਸ ਜੇ ਨਾ ਠੀਕ ਹੈ ਜੀ ਸੋ ਨਾਲ ਹੀ ਆਪਾਂ ਲੈਂਦੇ ਹਾਂ ਹੁਣ ਆਸਨ ਦੀ ਸੋ ਆਸਨ ਇਹਨਾਂ ਦਾ 13.5 ਠੀਕ ਹੈ ਜੀ ਸੋ ਇਹ ਸੀਗਾ ਆਪਣਾ ਸਲਵਾਰ ਸੂਟ ਦਾ ਮੇਜ਼ਰਮੈਂਟ ਸੋ ਮੈਂ ਉਮੀਦ ਕਰਦੀ ਹਾਂ ਕਿ ਸਾਰਿਆਂ ਜਾਣਿਆਂ ਨੂੰ ਵੀਡੀਓ ਦੇ ਵਿੱਚ ਸਾਰੀ ਆਲ ਡਿਟੇਲ ਤੁਹਾਨੂੰ ਸਮਝ ਆ ਗਈ ਹੋਵੇਗੀ ਅਗਰ ਪਿੱਛੇ ਕਿਸੇ ਨੂੰ ਵੀ ਕੁਛ ਵੀ ਨਾ ਪਤਾ ਲੱਗਿਆ ਹੋਵੇ ਤਾਂ ਮੈਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਮੈਨੂੰ ਦੱਸ ਸਕਦੇ ਨੇ ਸੋ ਮੈਂ ਡਿਟੇਲ ਦੁਬਾਰਾ ਦੱਸ ਦੇਵਾਂਗੀ ਔਰ ਅੱਜ ਦੀ ਜੋ ਵੀਡੀਓ ਸੀ ਤੇ ਇਹਦੇ ਵਿੱਚ ਆਪਾਂ ਨੇ ਸਲਵਾਰ ਔਰ ਕਮੀਜ਼ ਦਾ ਆਪਾਂ ਨੇ ਮੇਜ਼ਰਮੈਂਟ ਲਿਆ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਡੀ ਦਾ ਮੇਜ਼ਰਮੈਂਟ ਕਿਵੇਂ ਲੈਣਾ ਸੋ ਉਹ ਦੱਸਾਂਗੇ ਸੋ ਐਵੇਂ ਸਾਡੀ ਵੀਡੀਓ ਨੂੰ ਪਿਆਰ ਕਰਦੇ ਰਹੋ ਸੋ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਸੋ ਨੈਕਸਟ ਵੀਡੀਓ ਨਵੀਆਂ ਨਵੀਆਂ ਵੀਡੀਓਜ਼ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਸੋ ਐਲੀਗੈਂਟ ਬੁਟੀਕ ਦੇ ਚੈਨਲ 'ਤੇ ਧੰਨਵਾਦ ਜੀ